ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਅਤੇ ਮੈਂ ਹਾਂ ਗਗਨਦੀਪ ਸਿੰਘ। ਜੇਕਰ ਫੋਨ ਵਿੱਚ ਨਾ ਚਾਲੂ ਕੀਤੀ ਹੈ ਸਰਵਿਸ ਤਾਂ ਕੱਟੇ ਜਾਣਗੇ ਹਰ ਮਹੀਨੇ 4000 ਰੁਪਏ। ਕਿਤੇ ਤੁਹਾਨੂੰ ਤਾਂ ਨਹੀਂ ਆਈ ਇਹ ਕਾਲ? ਜੇ ਆਵੇ ਤਾਂ ਨਾ ਸਾਂਝੀ ਕਰਨਾ ਕੋਈ ਵੀ ਜਾਣਕਾਰੀ, ਕਿਉਂਕਿ ਹਾਲ ਹੀ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਮੁਕਤਸਰ ਸਾਹਿਬ ਦਾ, ਜਿੱਥੇ ਇੱਕ ਲੜਕੀ ਦੇ ਨਾਲ 48000 ਰੁਪਏ ਦੀ ਠੱਗੀ ਹੋਈ ਹੈ। ਨਿੱਜੀ ਬੈਂਕ ਦਾ ਕਰਮਚਾਰੀ ਬਣ ਕੇ ਇੱਕ ਵਿਅਕਤੀ ਨੇ ਲੜਕੀ ਨੂੰ ਕਾਲ ਕੀਤੀ ਅਤੇ ਕਿਹਾ ਕਿ ਆਪਣੇ ਫੋਨ ਵਿੱਚ ਇਹ ਸਰਵਿਸ ਚਾਲੂ ਕਰੋ, ਨਹੀਂ ਤਾਂ ਹਰ ਮਹੀਨੇ ਤੁਹਾਡੇ ਖਾਤੇ ਦੇ ਵਿੱਚੋਂ 4000 ਰੁਪਏ ਕੱਟੇ ਜਾਣਗੇ। ਫੋਨ ਕਾਲ 'ਤੇ ਵਿਅਕਤੀ ਨੇ ਆਪਣੇ ਆਪ ਨੂੰ ਇੱਕ ਨਿੱਜੀ ਬੈਂਕ ਦਾ ਕਰਮਚਾਰੀ ਦੱਸ ਕੇ ਸਰਵਿਸ ਔਨ ਕਰਨ ਦੇ ਨਾਮ 'ਤੇ ਇਸ ਲੜਕੀ ਦੇ ਨਾਲ ਠੱਗੀ ਕੀਤੀ ਹੈ। ਪ੍ਰਾਈਵੇਟ ਨੌਕਰੀ ਕਰਦੀ ਇਸ ਲੜਕੀ ਨੇ ਦੱਸਿਆ ਕਿ ਉਸ ਦੇ ਮਾਤਾ ਵੀ ਸਰਕਾਰੀ ਮੁਲਾਜ਼ਮ ਹਨ। ਉਹਨਾਂ ਦੇ ਖਾਤੇ ਦੇ ਨਾਲ ਹੀ ਕ੍ਰੈਡਿਟ ਕਾਰਡ ਬਣਿਆ ਹੋਇਆ, ਜਿਸ ਦੇ ਤਹਿਤ ਫੋਨ ਕਾਲ 'ਤੇ ਉਹਨਾਂ ਨਾਲ ਇਹ ਠੱਗੀ ਹੋਈ ਹੈ। ਸ਼੍ਰੀ ਮੁਕਤਸਰ ਸਾਹਿਬ ਦੇ SSP ਦਫ਼ਤਰ ਵਿਖੇ ਸ਼ਿਕਾਇਤ ਦੇਣ ਉਪਰੰਤ ਗੱਲਬਾਤ ਕਰਦਿਆਂ ਹਰਪ੍ਰੀਤ ਕੌਰ ਨੇ ਦੱਸਿਆ ਕਿ ਫੋਨ ਰਾਹੀਂ ਵਿਅਕਤੀ ਨੇ ਆਪਣੇ ਆਪ ਨੂੰ ਬੈਂਕ ਦਾ ਅਧਿਕਾਰੀ ਦੱਸਿਆ ਅਤੇ ਉਸ ਨੂੰ ਇੱਕ ਸਰਵਿਸ ਔਨ ਕਰਕੇ ਇੱਕ ਐਪਲੀਕੇਸ਼ਨ ਡਾਊਨਲੋਡ ਕਰਨ ਲਈ ਕਿਹਾ ਅਤੇ ਕਿਹਾ ਜੇਕਰ ਅਜਿਹਾ ਨਾ ਕੀਤਾ ਤਾਂ ਹਰ ਮਹੀਨੇ ਖਾਤੇ ਦੇ ਵਿੱਚੋਂ 4000 ਰੁਪਏ ਖਰਚਾ ਕੱਟਿਆ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਵਿਅਕਤੀ ਦੇ ਕਹਿਣ 'ਤੇ ਕ੍ਰੈਡਿਟ ਕਾਰਡ ਡਿਟੇਲਾਂ ਸਾਂਝੀਆਂ ਕਰ ਦਿੱਤੀਆਂ, ਅਕਾਊਂਟ ਨੰਬਰ ਭਰ ਦਿੱਤਾ ਅਤੇ ਨਾਲ ਹੀ CVV ਵੀ ਸਾਂਝਾ ਕੀਤਾ। ਇਸ ਦੇ ਨਾਲ ਹੀ ਉਹਨਾਂ ਦੇ ਖਾਤੇ ਦੇ ਵਿੱਚੋਂ 48600 ਰੁਪਏ ਵਰਤੇ ਗਏ। ਹਾਲਾਂਕਿ ਬੈਂਕ ਵੱਲੋਂ ਵੀ ਸਮੇਂ ਸਮੇਂ 'ਤੇ ਜਨਤਾ ਨੂੰ ਮੈਸੇਜ ਭੇਜੇ ਜਾਂਦੇ ਹਨ ਕਿ ਕਿਸੇ ਵੀ ਅਣਜਾਣ ਵਿਅਕਤੀ ਨਾਲ ਖਾਤੇ ਦੀ ਜਾਣਕਾਰੀ ਸਾਂਝੀ ਨਾ ਕਰੋ, ਪਰ ਫਿਰ ਵੀ ਅਜਿਹੀਆਂ ਠੱਗੀਆਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਹਰਪ੍ਰੀਤ ਕੌਰ ਮੇਰਾ ਨਾਮ ਆ, DC ਆਫਿਸ ਕੋਲੇ ਅਸੀਂ ਰਹਿਣ ਵਾਲੇ ਹਾਂ। ਕੀ ਮਾਮਲਾ ਹੋਇਆ ਜਿਹੜੀ? ਕੀ ਮਾਮਲਾ ਹੋਇਆ ਜਿਹੜਾ? ਮਾਮਲਾ ਇਹ ਸਰ ਕਿ ਮੈਨੂੰ ਕਾਲ ਆਈ, ਠੀਕ ਹੈ, ਜੋ ਕਿ ਬੋਲ ਰਹੇ ਸੀ ਅਸੀਂ ICIC ਬੈਂਕ ਤੋਂ ਹਾਂ, ਠੀਕ ਹੈ। ਬਸ ਇਹਨਾਂ ਨੇ ਇੱਕ ਮੈਨੂੰ ਕਿਹਾ ਮੋਟਰ ਸਰਵਿਸ ਔਨ ਕਰਨ ਨੂੰ, ਮੈਂ ਮੋਟਰ ਸਰਵਿਸ ਔਨ ਕੀਤੀ, ਠੀਕ ਹੈ। ਬੋਲੇ ਤੁਹਾਡੇ ਅਕਾਊਂਟ 'ਚੋਂ ਨਹੀਂ ਤਾਂ 4000 ਆਈ ਮੰਥ ਲੱਗਣ ਕੱਟ ਹੋ ਜਾਏਗੀ, ਠੀਕ ਹੈ। ਤਾਂ ਫਿਰ ਕਿ ਉਹਨਾਂ ਨੇ ਮੈਨੂੰ ਇੱਕ ਐਪ ਡਾਊਨਲੋਡ ਦੀ ਲਿੰਕ ਭੇਜਿਆ, ਠੀਕ ਹੈ, ਅਤੇ ਬਸ ਮੈਂ ਉਹ ਓਪਨ ਕੀਤੇ। ਪਹਿਲਾਂ ਉਹਨਾਂ ਨੇ ਮੈਨੂੰ ਇੱਕ ICIC ਬੈਂਕ ਦੀ iMobile ਦੀ ਐਪ ਹੈ ਉਹ ਓਪਨ ਕਰਾਈ, ਠੀਕ ਹੈ। ਉਹਦੇ ਵਿੱਚ ਬੋਲੇ ਮਾਈ ਕਾਰਡ ਵਿੱਚ ਜਾ ਕੇ ਤੁਸੀਂ ਉਹ ਕਰੋ। ਮੈਂ ਕਿਹਾ ਨਹੀਂ, ਇੱਦਾਂ ਕੁਛ ਵੀ ਨਹੀਂ ਹੈ, ਠੀਕ ਹੈ। ਫਿਰ ਉਹਨਾਂ ਨੇ ਇੱਕ ਐਪ ਕੀਤੀ ਅਤੇ ਕਹਿੰਦੇ ਇਹਦੇ ਵਿੱਚ ਮੈਮ ਤੁਹਾਡਾ ਹੈਗਾ ਸਰਵਿਸ, ਕੁਛ ਉਹਨਾਂ ਨੇ ਵਰਡ ਦੱਸੇ, ਕਹਿੰਦੇ ਉਹ ਔਫ ਕਰ ਦਿਉ। ਮੈਂ ਔਫ ਕੀਤੇ, ਠੀਕ ਹੈ। ਕਹਿੰਦੇ ਕ੍ਰੈਡਿਟ ਕਾਰਡ ਨੰਬਰ ਭਰ ਕੇ ਅਤੇ CV ਭਰ ਦਿਉ। ਮੈਂ ਕ੍ਰੈਡਿਟ ਕਾਰਡ ਨੰਬਰ ਭਰ ਕੇ CV ਭਰਿਆ, ਬਸ ਇੰਨੇ ਨੂੰ ਮੇਰੇ ਅਕਾਊਂਟ 'ਚ ਪੈਸੇ ਕਿੰਨੇ ਪੈਸੇ 48600 ਸਰ ਮੈਂ ਜੋਬ ਕਰਦੀ ਹਾਂ, ਮੰਮਾ ਮੇਰੇ ਗੌਰਮੈਂਟ ਜੋਬ ਕਰਦੇ ਆ, ਇਹਨਾਂ ਦਾ ਕ੍ਰੈਡਿਟ ਕਾਰਡ ਮੈਂ ਯੂਜ਼ ਕਰਦੀ ਹਾਂ। ਇਹਨਾਂ ਨੂੰ ਮੇਰੇ ਕ੍ਰੈਡਿਟ ਕਾਰਡ 'ਚੋਂ 48600 ਰੁਪਏ ਦੇ ਨਾਲ ਦੀ ਨਾਲ ਮੈਸੇਜ ਆ ਗਏ। ਹਾਂਜੀ, ਮੈਂ ਇਹਨਾਂ ਨੂੰ ਫਿਲਹਾਲ ਤਾਂ SSP ਦਫ਼ਤਰ ਦਰਖਾਸਤ ਦਿੱਤੀ ਹੈ ਕਿ ਚਲੋ ਮੇਰੇ ਪੈਸੇ ਵਾਪਸ ਚਲੋ ਆਉਣ ਨਾ ਆਉਣ ਵਟਐਵਰ, ਬਟ ਇੱਦਾਂ ਵੀ ਕਿਸੇ ਹੋਰ ਨਾਲ ਨਾ ਹੋਵੇ। ਇਹ ਬੰਦਾ ਸ਼ਰਿਆ ਮੈਨੂੰ ਕਾਲ ਕਰਦਾ ਔਰ ਕਹਿੰਦੇ ਮੈਮ ਜਿਹੜੇ ਜਿਹੜੇ ਤੁਹਾਡੇ ਖਾਤੇ ਆ ਮੈਨੂੰ ਪਤਾ, ਠੀਕ ਹੈ। ਔਰ ਨੰਬਰ ਹੈਗਾ 9142074 ਕੀ ਮੰਗਦੇ ਰਿਕਾਰਡਿੰਗ ਤੁਸੀਂ? ਔਰ ਇਹ ਬੰਦੇ ਨੇ ਸ਼ਰਿਆਮ ਆਪਣਾ ਐਪ ਵੀ ਚਲਾਇਆ ਹੋਇਆ, ਠੀਕ ਹੈ, ਹਾਂਜੀ, ਵਟਸਐਪ ਵੀ ਚਲਾਇਆ ਹੋਇਆ ਤੇ ਇੱਕ ਮਿੰਟ ਆਸੇ ਤੇ ਚਲਾਇਆ ਉੱਥੇ ਸ਼ਰਿਆਮ ਲਿਖਿਆ ਹੋਇਆ ICIC ਬੈਂਕ, ਠੀਕ ਹੈ। ਕੀ ਮੰਗ? ਚਲੋ ਮੈਂ ਜੋਬ ਕਰਦੇ ਸਮੇਂ ਮੈਨੂੰ ਨਹੀਂ ਪਤਾ ਲੱਗਿਆ, ਠੀਕ ਹੈ, ਤੇ ਮੈਂ ਉਹ ਭਰ ਬੈਠੀ ਕਿਉਂਕਿ ਮੈਂ ਥੋੜ੍ਹਾ ਜਿਹਾ
ਉਲਝਾ ਲਿਆ ਉਹਨਾਂ ਨੇ ਗੱਲਾਂ ਚ, ਮੇਰਾ ਖੁਦ ICICI ਬੈਂਕ ਚ ਖਾਤਾ। ਤੇ ਇਸ ਰਿਕਾਰਡਿੰਗ ਤੁਸੀਂ ਗੱਲ ਕੀਤੀ ਬੈਂਕ ਦੇ ਨਾਲ ਵੀ ਮੇਰੇ ਪੈਸੇ ਕੱਟੇ ਗਏ ਨੇ ਜੀ? ਸਰ ਮੇਰੇ ਕ੍ਰੈਡਿਟ ਕਾਰਡ ਚੋਂ ਪੈਸੇ ਕੱਟੇ ਗਏ ਨੇ ਮੇਰੇ ਕਾਰਡ। ਉਹਦੀ ਡਿਟੇਲ ਨਹੀਂ ਦੱਸੀ ਉਹਨਾਂ ਨੇ? ਨਹੀਂ, ਫਿਲਹਾਲ ਸਰ ਸੰਡੇ ਦਾ ਦਿਨ ਸੀ, ਨੈਕਸਟ ਡੇ ਠੀਕ ਹੈ, ਫਿਲਹਾਲ ਤਾਂ ਮੈਂ ਉਸ ਤੇ ਲੋ ਪਰੇਸ਼ਾਨੀ ਹੋ ਗਈ ਸਰਜਰੀ ਵਾਲੀ। ਸੰਡੇ ਵਾਲੇ ਦਿਨ ਥੋੜਾ ਜਿਹਾ ਨਹੀਂ ਗੱਲਬਾਤ ਸੁਣੀ ਗਈ, ਮਤਲਬ ਮੈਂ 1930 ਤੇ ਕਾਲ ਵੀ ਕੀਤੀ ਸੀ ਕ੍ਰਾਈਮ ਬ੍ਰਾਂਚ ਤੇ ਕੁਝ ਨਹੀਂ ਹੋਇਆ। ਕੀ ਮੰਗ ਕਰਦੇ ਹੋ ਤੁਸੀਂ? ਮੈਂ ਇਹ ਕਿ ਹੋ ਸਕੇ ਮੇਰੇ ਪੈਸੇ ਵਾਪਸ ਆ ਜਾਣ ਤੇ ਕਿਸੇ ਹੋਰ ਨਾਲ ਧੋਖਾਧੜੀ ਨਾ ਹੋਵੇ, ਔਰ ਜਲਦੀ ਤੋਂ ਜਲਦੀ ਇਸ ਬੰਦੇ ਨੂੰ ਫੜਿਆ ਜਾਵੇ, ਔਰ ਜੋ ਕਿ ਸ਼ਰੇਆਮ ਵਟਸਐਪ ਚਲਾਈ ਬੈਠਾ ਔਰ ਸ਼ਰੇਆਮ ਮੈਨੂੰ ਕਾਲ ਮੈਸੇਜ ਕਰਦਾ। ਹਾਂਜੀ, ਤੁਸੀਂ ਇੱਕ ਕੀ ਕਹਿਣਾ ਚਾਹੋਗੇ ਵੀ ਅੱਜ ਦੇ ਜ਼ਮਾਨੇ ਵਿੱਚ ਜਿਸ ਤਰ੍ਹਾਂ ਦੇ ਨਾਲ ਪੈਸੇ ਕੱਢੇ ਜਾ ਰਹੇ ਨੇ, ਬੜਿਆਂ ਦੇ ਨਾਲ ਇਸ ਤਰ੍ਹਾਂ ਦੇ ਨਾਲ ਹੋਇਆ ਵੀ? ਮੈਂ ਇਹ ਚਾਹੁੰਦੀ ਹਾਂ ਕਿ ਜਿਸੇ ਨੂੰ ਵੀ ਥੋੜਾ ਮੋਟਾ ਸ਼ੱਕ ਹੋਵੇ ਔਰ ਕਿਸੇ ਵੀ ਕਹਿਣ ਤੋਂ ਕਦੇ ਵੀ ਕੋਈ ਵੀ ਬਿਨਾਂ ਕਸਟਮਰ ਕੇਅਰ ਨਾਲ ਗੱਲਬਾਤ ਕੀਤੇ ਬਿਨਾਂ ਕੋਈ ਵੀ, ਜੇ ਉਹਨਾਂ ਨੂੰ ਕੋਈ ਤੁਹਾਨੂੰ ਡਰਾ ਰਿਹਾ ਕਿ ਹਾਂ ਤੁਹਾਡੀ ਆਹ ਕੋਈ ਓਪਨ ਆ ਕੋਈ ਆਹ ਐਪ ਚੱਲ ਰਹੀ ਹੈ, ਤਾਂ ਉਹਨਾਂ ਨੂੰ ਕਹੋ ਕੋਈ ਨਹੀਂ ਸਰ ਮੈਂ ਕਸਟਮਰ ਕੇਅਰ ਤੇ ਕਾਲ ਕਰਕੇ ਫਿਰ ਕਨਫਰਮ ਕਰਾ ਲੈਂਦੀ ਹਾਂ। ਕੁਛ ਮੈਨੂੰ ਵੀ ਇੱਕ ਮਿੰਟ ਬਾਅਦ ਜਦ ਮੈਨੂੰ ਆਈ ਮੈਂ ਨਾਲ ਦੀ ਨਾਲ ਕਸਟਮਰ ਕੇਅਰ ਨਾਲ ਕਹਿੰਦੇ ਮੈਮ ਤੁਹਾਡੇ ਨਾਲ ਧੋਖਾ ਹੋ ਚੁੱਕਿਆ, ਤੋ ਬਸ ਇਹੀ ਕਹਾਂਗੀ ਕਿ ਤੁਹਾਨੂੰ ਕੋਈ ਵੀ ਫੋਨ ਕਰਕੇ ਕਵੇ ਇਹ ਲੋਨ ਇਹ ਓਪਨ ਆ ਜਾਂ ਇਹ ਐਡ ਆ ਜਾਂ ਕੁਛ ਵੀ ਵਟ ਐਵਰ, ਤੁਸੀਂ ਹਮੇਸ਼ਾ ਆਪਣੇ ਉਹਨਾਂ ਨੂੰ ਕਾਲ ਕਰੋ, ਕਸਟਮਰ ਕੇਅਰ ਨੂੰ ਕਾਲ ਕਰੋ। ਤੁਹਾਡੇ ਨਾਲ ਫੋਨ ਆਇਆ ਸੀਗਾ, ਐਪ ਤੁਹਾਨੂੰ ਡਾਊਨਲੋਡ ਕਰਵਾਇਆ ਗਿਆ, ਹਾਂਜੀ, ਉਸ ਨਾਲ ਕੋਈ ਗੱਲਬਾਤ ਹੋਈ ਦੁਬਾਰਾ? ਸਰ ਪਹਿਲਾਂ ਉਹਨਾਂ ਨੇ ਦਰਅਸਲ ਮੈਨੂੰ ਯਕੀਨ ਤਾਂ ਕਹਿੰਦੇ ਆਈ ਮੋਬਾਈਲ ਔਨ ਕਰੋ, ਉਹਨਾਂ ਨੇ ਕਰਵਾਈ ਕਹਿੰਦੇ ਆਈ ਮੋਬਾਈਲ ਨਹੀਂ, ਚਲੋ ਤੁਹਾਨੂੰ ਇੱਕ ਐਪ ਕਰਦੇ ਹਾਂ ਉਹ ਕਰਵਾ ਕੇ ਤੇ ਉਹਦੇ ਵਿੱਚ ਆਪਣੀ ਡਿਟੇਲ ਭਰੋ। ਮੈਂ ਕ੍ਰੈਡਿਟ ਕਾਰਡ ਤੇ ਆਪਣਾ ਉਹ ਕੀਤਾ ਭਰਿਆ ਤੇ CV ਨੰਬਰ ਭਰਤਾ। ਕਿਸੇ ਤੋਂ ਉਸ ਤੋਂ ਬਾਅਦ ਗੱਲਬਾਤ ਨਹੀਂ ਜਦੋਂ ਤੁਹਾਡੇ ਪੈਸੇ? ਹਾਂਜੀ ਹੋਏ ਆ, ਉਹਨਾਂ ਨੇ ਮੈਨੂੰ ਕਿਹਾ, ਉਹਨਾਂ ਨੂੰ ਕਹਿੰਦੇ ਮੈਮ ਅਸੀਂ 24 ਘੰਟੇ 'ਚ ਤੁਹਾਨੂੰ ਪੇਮੈਂਟ ਵਾਪਸ ਕਰ ਦਾਂਗੇ, ਤੁਸੀਂ ਨਾ ਟੈਨਸ਼ਨ ਲਓ। ਫਿਰ ਮੈਂ ਉਹਨਾਂ ਨੂੰ ਆਖਿਆ ਵੀ ਤੁਸੀਂ ਤੁਹਾਡਾ ਮਤਲਬ ਨਹੀਂ ਬਣਦਾ ਮੇਰੀ ਪੇਮੈਂਟ ਹਲਾਉਣ ਦਾ। ਹਾਂਜੀ ਮੈਂ SSP ਦਫ਼ਤਰ ਕੰਪਲੇਂਟ ਪਾਈ ਹੈ ਜੀ। ਮੰਗ ਇਹੀ ਹੈ ਸਰ ਕਿ ਇਸ ਬੰਦੇ ਨੂੰ ਜਲਦੀ ਜਲਦੀ ਫੜਿਆ ਜਾਵੇ ਔਰ ਕਿਸੇ ਦੀ ਵੀ ਹੈ ਮੇਰੇ ਨਾਲ ਕਿਸੇ ਨਾਲ ਹੋਰ ਵੀ ਲੱਖਾਂ ਦੀ ਕਰਨਗੇ। ਸੋ ਜੇਕਰ ਤੁਹਾਨੂੰ ਵੀ ਕੋਈ ਅਜਿਹੀ ਕਾਲ ਆਉਂਦੀ ਹੈ ਤਾਂ ਕਿਰਪਾ ਕਰਕੇ ਆਪਣੇ ਖਾਤੇ ਦੀ ਕੋਈ ਵੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ। ਅਜਿਹੀ ਜਾਣਕਾਰੀ ਦੇ ਲਈ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ।